ਨਮਸਕਾਰ ਵਿਦਿਆਰਥੀਓ, ਇੱਕ ਵਾਰੀ ਫਿਰ ਸਾਡੇ YouTube ਚੈਨਲ ਦੇ ਉੱਪਰ ਸਵਾਗਤ ਹੈ ਜੀ। ਸੋ ਬਹੁਤ ਸਾਰੇ ਵਿਦਿਆਰਥੀਆਂ ਦੀ ਮੰਗ ਤੋਂ ਬਾਅਦ ਅੱਜ ਅਸੀਂ ਪੀਟੈਟ ਟੈਸਟ ਕਲੀਅਰ ਕਰਨ ਤੋਂ ਬਾਅਦ ਜਿਹੜਾ ਸਕਰੀਨਿੰਗ ਟੈਸਟ ਹੁੰਦਾ ਹੈ ਪੰਜਾਬੀ ਮਾਸਟਰ ਲਈ, ਮਿਸਟਰਸ ਲਈ, ਸੋ ਉਸਦਾ ਸਿਲੇਬਸ ਲੈ ਕੇ ਹਾਜ਼ਰ ਹਾਂ ਜੀ। ਬਹੁਤ ਸਾਰੇ ਵਿਦਿਆਰਥੀਆਂ ਵੱਲੋਂ ਕਮੈਂਟ ਕੀਤੇ ਜਾ ਰਹੇ ਸੀ ਕਿ ਜਿਹੜਾ ਸਕਰੀਨਿੰਗ ਟੈਸਟ ਹੁੰਦਾ ਪੰਜਾਬੀ ਮਾਸਟਰ ਮਿਸਟਰਸ ਦਾ, SST ਦਾ, ਉਸ ਦੀ ਜਿਹੜੀ ਤਿਆਰੀ ਉਹ ਸ਼ੁਰੂ ਕਰਵਾਈ ਜਾਏ, ਔਰ ਕਿਸੇ ਵੀ ਪੇਪਰ ਦੀ ਤਿਆਰੀ ਜਿਹੜੀ ਸ਼ੁਰੂ ਕਰਵਾਉਣ ਤੋਂ ਪਹਿਲਾਂ ਸਾਨੂੰ ਉਸਦੇ ਸਿਲੇਬਸ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਤਾਂ ਹੀ ਅਸੀਂ ਅੱਛੇ ਢੰਗ ਨਾਲ ਵਧੀਆ ਤਰੀਕੇ ਦੇ ਨਾਲ ਉਸ ਪੇਪਰ ਦੀ ਜਿਹੜੀ ਤਿਆਰੀ ਉਹ ਕਰ ਸਕਦੇ ਹਾਂ। ਸੋ ਅੱਜ ਅਸੀਂ ਪੰਜਾਬੀ ਮਾਸਟਰ ਮਿਸਟਰਸ ਸਕਰੀਨਿੰਗ ਟੈਸਟ ਦਾ ਜਿਹੜਾ ਸਿਲੇਬਸ ਲੈ ਕੇ ਹਾਜ਼ਰ ਹਾਂ ਜੀ, ਔਰ ਇਸ ਤੋਂ ਬਾਅਦ ਫਿਰ SST ਮਾਸਟਰ ਮਿਸਟਰਸ ਦਾ ਸਕਰੀਨਿੰਗ ਟੈਸਟ ਦਾ ਜੋ ਸਿਲੇਬਸ ਹੈ ਉਹ ਲੈ ਕੇ ਆਵਾਂਗੇ, ਔਰ ਉਸ ਤੋਂ ਬਾਅਦ ਅਸੀਂ ਜਿਹੜੀ ਹੈ ਇਹਨਾਂ ਸਕਰੀਨਿੰਗ ਟੈਸਟਸ ਦੀ ਜਿਹੜੀ ਤਿਆਰੀ ਹੈ ਉਹ ਸ਼ੁਰੂ ਕਰ ਦੇਵਾਂਗੇ ਜੀ। ਸੋ ਅੱਜ ਅਸੀਂ ਡਿਸਕਸ ਕਰਾਂਗੇ ਜੀ ਪੰਜਾਬੀ ਮਾਸਟਰ ਮਿਸਟਰਸ ਦੇ ਸਕਰੀਨਿੰਗ ਟੈਸਟ ਲਈ ਜੋ ਸਿਲੇਬਸ ਹੈ ਵਿਭਾਗ ਦੀ ਵੈਬਸਾਈਟ 'ਤੇ ਉਪਲਬਧ ਹੈ, ਉਸਨੂੰ ਡਿਸਕਸ ਕਰਾਂਗੇ, ਕਿਸ ਤਰ੍ਹਾਂ ਦਾ ਪੇਪਰ ਹੈ ਜਿਹੜਾ ਸੈੱਟ ਕੀਤਾ ਜਾਂਦਾ ਔਰ ਕਿਸ ਸਿਲੇਬਸ ਦੇ ਵਿੱਚੋਂ ਆਉਂਦਾ। ਸਭ ਤੋਂ ਪਹਿਲਾਂ ਹੈ ਜੀ ਕਵਿਤਾ ਭਾਗ, ਜਿਸ ਦੇ ਵਿੱਚ ਹੈ ਜੀ ਆਧੁਨਿਕ ਕਵੀ ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋਫੈਸਰ ਪੂਰਨ ਸਿੰਘ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ, ਨੰਦ ਲਾਲ ਪੁਰੀ, ਹੀਰਾ ਸਿੰਘ ਦਰਦ, ਬਾਬਾ ਬਲਵੰਤ, ਜਸਵੰਤ ਸਿੰਘ ਨਿੱਕੀ, ਜਗਤਾਰ ਪਾਸ਼, ਵਿਧਾਤਾ ਸਿੰਘ ਤੀਰ, ਪ੍ਰੀਤਮ ਸਿੰਘ ਸਫੀਰ, ਸਰਦਾਰ ਚਰਨ ਸਿੰਘ ਸ਼ਹੀਦ। ਸੋ ਇਹਨਾਂ ਕਵੀਆਂ ਦੇ ਜੀਵਨ ਦੇ ਨਾਲ ਸੰਬੰਧਿਤ ਔਰ ਇਹਨਾਂ ਦੀਆਂ ਰਚਨਾਵਾਂ ਦੇ ਨਾਲ ਸੰਬੰਧਿਤ, ਖਾਸ ਤੌਰ 'ਤੇ ਜੋ BA ਦੇ ਸਿਲੇਬਸ ਦੇ ਵਿੱਚ ਨੇ ਪੰਜਾਬੀ ਇਲੈਕਟਿਵ ਦੇ ਵਿੱਚ ਔਰ ਪੰਜਾਬੀ ਕੰਪਲਸਰੀ ਦੇ ਵਿੱਚ, ਉਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਪੁੱਛੇ ਜਾਂਦੇ ਨੇ, ਸੋ ਇਸ ਦੇ ਲਈ ਅਸੀਂ BA ਲੈਵਲ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਵਰਤ ਸਕਦੇ ਹਾਂ ਜੀ। ਸੋ ਪਿਛਲੀ ਵਾਰੀ ਜਿਵੇਂ ਕਿ ਪ੍ਰਸ਼ਨ ਪੁੱਛਿਆ ਗਿਆ ਸੀ ਕਿ ਅੱਜ ਆਖਾਂ ਵਾਰਿਸ਼ਾਂ ਨੂੰ ਕਵਿਤਾ ਕਿਸ ਦੀ ਲਿਖੀ ਹੋਈ ਹੈ, ਸੋ ਇਸਦਾ ਉੱਤਰ ਸੀ ਕਿ ਅੰਮ੍ਰਿਤਾ ਪ੍ਰੀਤਮ ਦੀ ਇਹ ਜਿਹੜੀ ਕਵਿਤਾ ਹੈ ਲਿਖੀ ਹੋਈ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਪੁੱਛੇ ਜਾਂਦੇ ਨੇ ਜੀ। ਅੱਗੇ ਹੈ ਜੀ ਨੰਬਰ 2 ਉੱਤੇ ਗੁਰਮਤਿ ਕਾਵਿ ਜੀ, ਜਿਸ ਦੇ ਵਿੱਚ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ। ਸੋ ਇਸ ਦੇ ਨਾਲ ਇਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ, ਜਿਵੇਂ ਕਿ ਪਿਛਲੀ ਵਾਰੀ ਪੁੱਛਿਆ ਗਿਆ ਸੀ ਕਿ ਹਰਨੀ ਹੋਵਾਂ ਬਨ ਬਸਾਂ ਕਿਸ ਦੀ ਰਚਨਾ ਹੈ, ਔਰ ਭਾਈ ਗੁਰਦਾਸ ਸਿੰਘ ਨੇ ਕਿੰਨੀਆਂ ਵਾਰਾਂ ਲਿਖੀਆਂ। ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਪਰਿਪੱਕ ਔਰ ਸਭ ਤੋਂ ਜ਼ਿਆਦਾ ਪੜ੍ਹੀ ਜਾਣ ਵਾਲੀ ਰਚਨਾ ਕਿਹੜੀ ਹੈ? ਸੋ ਇਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਨੇ ਉਹ ਪੁੱਛੇ ਜਾਂਦੇ ਨੇ। ਔਰ ਨੰਬਰ 3 'ਤੇ ਹੈ ਜੀ ਸੂਫੀ ਕਾਵਿ, ਜਿਸ ਦੇ ਵਿੱਚ ਹਾਂਜੀ ਸ਼ੇਖ ਫਰੀਦ ਜੀ, ਸ਼ਾਹ ਹੁਸੈਨ ਜੀ ਅਤੇ ਬੁੱਲੇ ਸ਼ਾਹ ਜੀ। ਸੋ ਇਹਨਾਂ ਦੀਆਂ ਰਚਨਾਵਾਂ ਦੇ ਨਾਲ ਸੰਬੰਧਿਤ ਔਰ ਇਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਪੁੱਛੇ ਜਾਂਦੇ ਨੇ ਜੀ। ਨੰਬਰ 4 'ਤੇ ਹੈ ਕਿੱਸਾ ਕਾਵਿ, ਜਿਸ ਦੇ ਵਿੱਚ ਹੈ ਜੀ ਵਾਰਿਸ ਸ਼ਾਹ, ਪੀਲੂ, ਹਾਸ਼ਿਮ ਸ਼ਾਹ, ਕਾਦਰ ਯਾਰ, ਦਮੋਦਰ, ਹਾਫਿਜ਼, ਬਰਖੁਰਦਾਰ। ਜਿਵੇਂ ਕਿ ਵਾਰਿਸ ਸ਼ਾਹ ਦੀ ਪ੍ਰਸਿੱਧ ਰਚਨਾ ਹੀਰ ਹੈ, ਸੋ ਪੀਲੂ ਦੀ ਮਿਰਜ਼ਾ ਸਾਹਿਬਾ ਹੈ ਜੀ, ਹਾਸ਼ਿਮ ਦੀ ਸੱਸੀ ਪੁੰਨੂ। ਸੋ ਇਹਨਾਂ ਦੀਆਂ ਜਿਹੜੀਆਂ ਮਸ਼ਹੂਰ ਪਰਿਪੱਕ ਰਚਨਾਵਾਂ ਨੇ ਉਹਨਾਂ ਦੇ ਵਿੱਚੋਂ ਉਹਨਾਂ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਜਿਹੜੇ ਨੇ ਉਹ ਪੁੱਛੇ ਜਾਂਦੇ ਨੇ ਜੀ ਪੇਪਰ ਦੇ ਵਿੱਚ। ਔਰ ਨੰਬਰ 5 'ਤੇ ਹੈ ਜੀ ਬੀਰ ਕਾਵਿ, ਜਿਸ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸ਼ਾਹ ਮੁਹੰਮਦ ਅਤੇ ਨਜਾਬਤ। ਸੋ ਇਹਨਾਂ ਦੇ ਨਾਲ ਇਹਨਾਂ ਦੀਆਂ ਰਚਨਾਵਾਂ ਦੇ ਨਾਲ ਸੰਬੰਧਿਤ ਔਰ ਇਹ ਵੀ ਪੁੱਛਿਆ ਜਾਂਦਾ ਕਿ ਇਹ ਕਵੀ ਜਿਹੜੇ ਨੇ ਕਿਸ ਧਾਰਾ ਦੇ ਨਾਲ ਜਿਹੜੇ ਸੰਬੰਧਿਤ ਨੇ, ਇਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਪੁੱਛੇ ਜਾਂਦੇ ਨੇ ਜੀ ਪੇਪਰ ਦੇ ਵਿੱਚ। ਨੰਬਰ 6 ਹੈ ਜੀ ਵਾਰਤਕ ਭਾਗ, ਜਿਸ ਦੇ ਵਿੱਚ ਗਿਆਨੀ ਦਿੱਤ ਸਿੰਘ, ਪੰਡਿਤ ਸ਼ਰਧਾ ਰਾਮ ਫਲੋਰੀ, ਬਿਹਾਰੀ ਲਾਲ ਪੁਰੀ, ਲਾਲ ਸਿੰਘ ਕਮਲਾ ਅਕਾਲੀ, ਸੂਬਾ ਸਿੰਘ, ਬਲਰਾਜ ਸਾਹਨੀ, ਡਾਕਟਰ TR ਸ਼ਰਮਾ, ਡਾਕਟਰ ਕਿਰਪਾਲ ਸਿੰਘ ਘੁੰਮਣ,
ਪ੍ਰਿੰਸੀਪਲ ਤੇਜਾ ਸਿੰਘ, ਸਰਦਾਰ ਗੁਰਬਖਸ਼ ਸਿੰਘ, ਡਾਕਟਰ ਬਲਬੀਰ ਸਿੰਘ, ਸਰਦਾਰ ਕਪੂਰ ਸਿੰਘ, ਪ੍ਰੋਫੈਸਰ ਪਿਆਰਾ ਸਿੰਘ ਪਦਨ, ਗਿਆਨੀ ਗੁਰਦਿੱਤ ਸਿੰਘ ਅਤੇ ਡਾਕਟਰ ਨਰਿੰਦਰ ਸਿੰਘ ਕਪੂਰ। ਸੋ ਇਹਨਾਂ ਦੀਆਂ ਰਚਨਾਵਾਂ ਦੇ ਨਾਲ ਸੰਬੰਧਿਤ ਜਿਹੜੇ ਨੇ ਉਹ ਪ੍ਰਸ਼ਨ ਉੱਤਰ ਮਲਟੀਪਲ ਚੁਆਇਸ ਪੁੱਛੇ ਜਾਣਗੇ। ਨੰਬਰ 7 ਹੈ ਜੀ ਕਹਾਣੀਆਂ, ਜਿਸ ਦੇ ਵਿੱਚ ਨਾਨਕ ਸਿੰਘ, ਨਵਤੇਜ ਸਿੰਘ, ਨਰੰਗ ਸਿੰਘ, ਸੰਤੋਖ ਸਿੰਘ ਧੀਰ, ਡਾਕਟਰ ਦਲੀਪ ਕੌਰ ਟਵਾਣਾ, ਮੋਹਨ ਭੰਡਾਰੀ, ਸੁਜਾਨ ਸਿੰਘ, ਰਘੁਵੀਰ ਢੰਡ, ਵਰਿਆਮ ਸਿੰਘ ਸੰਧੂ, ਗੁਰਬਖਸ਼ ਸਿੰਘ, ਗੁਰਮੁਖ ਸਿੰਘ ਮੁਸਾਫਰ, ਕੁਲਵੰਤ ਸਿੰਘ ਵਿਰਕ, ਅਜੀਤ ਕੌਰ। ਸੋ ਇਹਨਾਂ ਦੀਆਂ ਕਹਾਣੀਆਂ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਔਰ ਇਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਪੁੱਛੇ ਜਾਂਦੇ ਨੇ। ਨੰਬਰ 8 ਹੈ ਜੀ ਇਕਾਂਗੀ, ਇਕਾਂਗੀ ਦੇ ਵਿੱਚ ਨੇ ਜੀ ਰਾਈਟਰ ਆਈ ਸੀ ਨੰਦਾ, ਈਸ਼ਵਰ ਚੰਦਰ ਨੰਦਰਾ, ਬਲਵੰਤ ਗਾਰਗੀ, ਕਪੂਰ ਸਿੰਘ ਘੁੰਮਣ, ਸੰਤ ਸਿੰਘ ਸੇਖੋਂ, ਡਾਕਟਰ ਹਰਚਰਨ ਸਿੰਘ। ਸੋ ਇਹਨਾਂ ਦੀਆਂ ਇਕਾਂਗੀਆਂ ਦੇ ਨਾਲ ਸੰਬੰਧਿਤ ਜਿਹੜੇ ਨੇ ਪ੍ਰਸ਼ਨ ਉੱਤਰ ਉਹ ਪੁੱਛੇ ਜਾਣਗੇ। ਖਾਸ ਤੌਰ 'ਤੇ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਕਿ BA ਲੈਵਲ ਤੱਕ ਦੀਆਂ ਜਿਹੜੀਆਂ ਕਿਤਾਬਾਂ ਦੇ ਵਿੱਚ ਇਹਨਾਂ ਦਾ ਰਚਨਾਵਾਂ ਲਈਆਂ ਗਈਆਂ ਨੇ ਉਹਨਾਂ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਜ਼ਿਆਦਾ ਜਿਹੜੇ ਨੇ ਉਹ ਪੁੱਛੇ ਜਾਂਦੇ ਨੇ। ਨੰਬਰ 9 ਹੈ ਜੀ ਨਾਵਲਕਾਰ, ਨਾਨਕ ਸਿੰਘ, ਗੁਰਦਿਆਲ ਸਿੰਘ, ਜਸਵੰਤ ਸਿੰਘ ਕਮਲ, ਅੰਮ੍ਰਿਤਾ ਪ੍ਰੀਤਮ, ਨਿਰੰਜਨ ਤਸਲੀਮ। ਸੋ ਇਹਨਾਂ ਦੇ ਨਾਵਲਾਂ ਦੇ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਪੁੱਛੇ ਜਾਂਦੇ ਨੇ। ਨੰਬਰ 10 ਹੈ ਜੀ ਨਾਟਕ, ਜਿਸ ਦੇ ਵਿੱਚ ਬਲਵੰਤ ਗਾਰਗੀ, ਚਰਨਦਾਸ ਸਿੱਧੂ ਅਤੇ ਆਈ ਸੀ ਨੰਦਾ, ਈਸ਼ਵਰ ਚੰਦਰ ਨੰਦਾ, ਜਿਸ ਨੂੰ ਕਿ ਪਤਾਮਾ ਕਿਹਾ ਜਾਂਦਾ ਹੈ ਇਕਾਂਗੀ ਦਾ। ਸੋ ਇਸ ਦੇ ਨਾਲ ਇਹਨਾਂ ਦੇ ਜੀਵਨ ਦੇ ਨਾਲ ਇਹਨਾਂ ਦੀਆਂ ਰਚਨਾਵਾਂ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਨੇ ਜਿਹੜੇ ਉਹ ਪੁੱਛੇ ਜਾਂਦੇ ਨੇ। 11 ਨੰਬਰ ਹੈ ਜੀ ਸਵੈ ਜੀਵਨੀ, ਜਿਸ ਦੇ ਵਿੱਚ ਨਾਨਕ ਸਿੰਘ, ਅੰਮ੍ਰਿਤਾ ਪ੍ਰੀਤਮ, ਡਾਕਟਰ ਦਲੀਪ ਕੌਰ ਟਿਵਾਣਾ, ਗੁਰਬਖਸ਼ ਸਿੰਘ ਪ੍ਰੀਤਲੜੀ, ਡਾਕਟਰ ਮਹਿੰਦਰ ਸਿੰਘ ਰੰਧਾਵਾ, ਸੁਹਿੰਦਰ ਸਿੰਘ ਵਣਜਾਰਾ ਬੇਦੀ, ਅਜੀਤ ਕੌਰ ਸੁਹਿੰਦਰ। ਸੋ ਇਹਨਾਂ ਦੀ ਸਵੈ ਜੀਵਨੀ ਦੇ ਨਾਲ ਸੰਬੰਧਿਤ ਜਿਹੜੇ ਨੇ ਪ੍ਰਸ਼ਨ ਉੱਤਰ ਪੁੱਛੇ ਜਾਂਦੇ ਨੇ। ਪ੍ਰਸ਼ਨ ਉੱਤਰ ਕਿਸ ਤਰ੍ਹਾਂ ਪੁੱਛੇ ਜਾਂਦੇ ਨੇ, ਉਹ ਜਿਹੜਾ ਪੇਪਰ ਲਾਸਟ ਈਅਰ ਆਇਆ ਸੀ ਉਹ ਵੀ ਬਹੁਤ ਜਲਦੀ ਅਸੀਂ ਸੋਲਵ ਕਰਕੇ ਅਪਲੋਡ ਕਰ ਦਿਆਂਗੇ ਜੀ ਯੂਟਿਊਬ 'ਤੇ, ਜਿਸ ਦੀ ਮਦਦ ਦੇ ਨਾਲ ਤੁਹਾਡੀ ਜਿਹੜੀ ਤਿਆਰੀ ਦੇ ਵਿੱਚ ਹੋਰ ਵੀ ਵਧੀਆ ਤਰੀਕੇ ਨਾਲ ਜਿਹੜੀ ਤਿਆਰੀ ਤੁਸੀਂ ਉਹ ਕਰ ਸਕਦੇ ਹੋ ਜੀ। ਨੰਬਰ 12 ਜੀ ਸਾਹਿਤ ਦੇ ਭਿੰਨ ਭਿੰਨ ਰੂਪ, ਜਿਵੇਂ ਕਿ ਕਵਿਤਾ, ਕਹਾਣੀ, ਇਕਾਂਗੀ, ਇਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਪੁੱਛੇ ਜਾਂਦੇ ਨੇ ਜੀ ਕਿ ਇਕਾਂਗੀ ਕਿਸ ਨੂੰ ਕਿਹਾ ਜਾਂਦਾ ਹੈ ਜਾਂ ਕਹਾਣੀ, ਉਸ ਦੇ ਨਾਲ ਮਲਟੀਪਲ ਚੁਆਇਸ ਦੇ ਜਿਹੜੇ ਕੁਐਸਚਨ ਨੇ ਉਹ ਪੁੱਛੇ ਜਾਂਦੇ ਨੇ। ਨੰਬਰ 13 ਹੈ ਜੀ ਪੰਜਾਬੀ ਲੋਕ ਸਾਹਿਤ ਦੇ ਭਿੰਨ ਭਿੰਨ ਰੂਪ ਨੇ ਜਿਹੜੇ ਲੋਕ ਸਾਹਿਤ ਦੇ, ਉਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ। ਔਰ ਨੰਬਰ 14 ਹੈ ਜੀ ਪੰਜਾਬੀ ਸੱਭਿਆਚਾਰ ਸੰਬੰਧੀ ਪ੍ਰਸ਼ਨ ਉੱਤਰ, ਜਿਸ ਦੇ ਵਿੱਚ ਜਿਵੇਂ ਪਿਛਲੀ ਵਾਰੀ ਪ੍ਰਸ਼ਨ ਪੁੱਛਿਆ ਗਿਆ ਸੀ ਕਿ ਸੱਗੀ ਫੁੱਲ ਕਿਸ ਨੂੰ ਕਿਹਾ ਜਾਂਦਾ ਹੈ ਜਾਂ ਪੰਜਾਬੀ ਮੁਟਿਆਰਾਂ ਦਾ ਮਸ਼ਹੂਰ ਲੋਕ ਨਾਚ ਕਿਹੜਾ ਹੈ, ਇਸ ਤਰ੍ਹਾਂ ਦੇ ਜਿਹੜੇ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਨੇ ਉਹ ਪ੍ਰਸ਼ਨ ਉੱਤਰ ਪੁੱਛੇ ਜਾਂਦੇ ਨੇ ਜੀ। ਅੱਗੇ ਹੈ ਜੀ ਵਿਆਕਰਨ ਭਾਗ ਹੈ ਜੀ, ਜਿਸ ਦੇ ਵਿੱਚ ਭਾਸ਼ਾ ਜਾਂ ਬੋਲੀ, ਇਸ ਦੀਆਂ ਕਿਸਮਾਂ, ਭਾਸ਼ਾ ਜਾਂ ਬੋਲੀ ਕਿਸ ਨੂੰ ਕਿਹਾ ਜਾਂਦਾ ਹੈ, ਇਸ ਦੀਆਂ ਕਿੰਨੀਆਂ ਕਿਸਮਾਂ ਨੇ, ਇਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ। ਨੰਬਰ 2 'ਤੇ ਹੈ ਜੀ ਵਿਆਕਰਨ ਦੇ ਭਾਗ, ਜਿਵੇਂ ਕਿ ਧੁਨੀ ਬੋਧ, ਸ਼ਬਦ ਬੋਧ, ਅਰਥ ਬੋਧ, ਵਾਕ ਬੋਧ, ਇਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ। ਵਿਆਕਰਨ ਦੇ ਕਿੰਨੇ ਭਾਗ ਹੁੰਦੇ ਨੇ, ਧੁਨੀ ਬੋਧ ਤੋਂ ਕੀ ਭਾਵ ਹੈ, ਇਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਪੁੱਛੇ ਜਾਂਦੇ ਨੇ। ਨੰਬਰ 3 'ਤੇ ਹੈ ਜੀ ਵਿਸ਼ਰਾਮ ਚਿੰਨ੍ਹ, ਕਿਹੜਾ ਵਿਸ਼ਰਾਮ ਚਿੰਨ੍ਹ ਕਿੱਥੇ ਵਰਤਿਆ ਜਾਂਦਾ ਹੈ, ਉਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ। ਔਰ ਨੰਬਰ 4 'ਤੇ ਹੈ ਜੀ ਪੰਜਾਬੀ ਸ਼ਬਦ ਜੋੜ, ਮੁਹਾਵਰੇ, ਅਖਾਣ, ਪੰਜਾਬੀ ਮੁਹਾਵਰਿਆਂ ਦੇ ਅਰਥ ਪੁੱਛੇ ਜਾਂਦੇ ਨੇ ਜੀ, ਅਖਾਣਾਂ ਦੇ ਅਰਥ ਪੁੱਛੇ ਜਾਂਦੇ ਨੇ। ਅੱਗੇ ਹੈ ਜੀ ਨੰਬਰ 5 'ਤੇ ਪੰਜਾਬੀ ਦੀਆਂ ਉਪ ਬੋਲੀਆਂ ਕਿਹੜੀਆਂ ਉਪ ਬੋਲੀਆਂ ਨੇ ਪੰਜਾਬੀ ਦੀਆਂ, ਔਰ ਕਿੱਥੇ ਕਿੱਥੇ ਇਹ ਬੋਲੀਆਂ ਜਾਂਦੀਆਂ ਨੇ, ਕਿਹੜਾ ਕਿਹੜਾ ਇਹਨਾਂ ਦਾ ਖੇਤਰ ਹੈ, ਇਸ ਦੇ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਪੁੱਛੇ ਜਾਂਦੇ ਨੇ ਜੀ। ਅੱਗੇ ਹੈ ਜੀ ਨੰਬਰ 6 'ਤੇ ਲਿੰਗ, ਵਚਨ, ਕਾਲ ਕਿਸ ਨੂੰ ਕਿਹਾ ਜਾਂਦਾ ਹੈ, ਇਸ ਦੇ ਨਾਲ ਸੰਬੰਧਿਤ ਜਿਹੜੇ ਨੇ ਪ੍ਰਸ਼ਨ ਉੱਤਰ ਪੁੱਛੇ ਜਾਂਦੇ ਨੇ। ਨੰਬਰ 7 ਹੈ ਜੀ ਸੰਖੇਪ ਰਚਨਾ, ਪਹਿਰਾ ਰਚਨਾ, ਅਣਡਿੱਠਾ ਪਹਿਰਾ,
ਸ਼ਬਦਕੋਸ਼, ਵਾਚਨ ਵਿਧੀ ਆਦਿ ਜਿਹੜੇ ਨੇ ਇਸ ਦੇ, ਹੋ ਸਕਦਾ ਕਿ ਪਹਿਰਾ ਦੇ ਕੇ ਉਸ ਦੇ ਵਿੱਚੋਂ ਜਾਂ ਕੋਈ ਅਣਡਿੱਠਾ ਪਹਿਰਾ ਦੇ ਕੇ ਉਸ ਦੇ ਵਿੱਚੋਂ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਪੁੱਛੇ ਜਾਂਦੇ ਨੇ ਜੀ। ਨੰਬਰ 8 ਤੇ ਹੈ ਜੀ ਲੇਖ, ਕਹਾਣੀ, ਚਿੱਠੀ ਪੱਤਰ, ਬਿਣੇ ਪੱਤਰ, ਸੱਦਾ ਪੱਤਰ, ਸਫ਼ਰਨਾਮਾ, ਘਟਨਾ, ਦ੍ਰਿਸ਼ ਵਰਣਨ ਆਦਿ ਬਾਰੇ ਵੀ ਜਿਹੜਾ ਪ੍ਰਸ਼ਨ ਉੱਤਰ ਪੁੱਛੇ ਜਾਂਦੇ ਨੇ ਜੀ। ਨੰਬਰ 9 ਤੇ ਹੈ ਜੀ ਲਿਪੀ, ਲਿਪੀ ਕਿਸ ਨੂੰ ਕਿਹਾ ਜਾਂਦਾ ਹੈ, ਵਰਨਮਾਲਾ ਕੀ ਹੈ, ਸਵਰ ਕੀ ਹਨ, ਵਿਅੰਜਨ ਕੀ, ਦੁੱਤ ਅੱਖਰ ਕਿਸ ਨੂੰ ਕਿਹਾ ਜਾਂਦਾ ਹੈ, ਲਗਾ ਅਤੇ ਲਗਾਖਰ ਕਿਹੜੇ ਹਨ, ਕਿੰਨੇ ਹਨ। ਸੋ ਇਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਇਸ ਤਰ੍ਹਾਂ ਦਾ ਇਸ ਟੋਪਿਕ, ਇਹਨਾਂ ਟੋਪਿਕਾਂ ਦੇ ਵਿੱਚੋਂ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਪੁੱਛੇ ਜਾਂਦੇ ਨੇ। ਔਰ ਨੋਟ ਇਹਦੇ ਉੱਪਰ ਦਿੱਤਾ ਗਿਆ ਹੈ ਕਿ ਉਪਰੋਕਤ ਜਿਹੜੇ ਉਪ ਵਿਸ਼ਿਆਂ ਸੰਬੰਧੀ ਪ੍ਰਸ਼ਨਾਂ ਦਾ ਜਿਹੜਾ ਪੱਧਰ ਹੈ ਉਹ BA ਪੱਧਰ ਦਾ ਹੋਵੇਗਾ। ਸੋ ਦੋਸਤੋ, ਇਹ ਸੀ ਪੰਜਾਬੀ ਦਾ ਸਿਲੇਬਸ। ਸੋ ਕਿਸ ਤਰ੍ਹਾਂ ਦਾ ਪੇਪਰ ਸੈੱਟ ਕੀਤਾ ਜਾਂਦਾ, ਪੇਪਰ ਕਿਸ ਤਰ੍ਹਾਂ ਦਾ ਹੁੰਦਾ, ਉਹ ਪੇਪਰ ਆਪਾਂ ਹੱਲ ਕਰਕੇ ਵੀ ਪਾਵਾਂਗੇ ਔਰ ਆਪਣੇ ਵੱਲੋਂ ਵੀ ਕੋਸ਼ਿਸ਼ ਕਰਾਂਗੇ ਕਿ ਇੱਕ ਜਿਹੜਾ ਹੈ ਪੇਪਰ ਤਿਆਰ ਕਰਕੇ ਜਿਹੜਾ ਅਪਲੋਡ ਕੀਤਾ ਜਾਵੇ ਤਾਂ ਕਿ ਤਿਆਰੀ ਕਰਨ ਦੇ ਵਿੱਚ ਜਿਹੜੀ ਸੌਖ ਹੋਵੇ। ਸੋ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਲਾਈਕ ਕਰੋ ਔਰ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਜੀ। ਥੈਂਕ ਯੂ ਜੀ, ਧੰਨਵਾਦ, ਮਿਹਰਬਾਨੀ।